ਇਹ ਜੀ ਅਸੀਂ ਥਾਣਾ ਸਦਰ ਗੁਰਦਾਸਪੁਰ ਵੱਲੋਂ ਰੋਜ਼ਾਨਾ ਦੀ ਜਿਹੜੀ ਦਸਤ ਆਪਾਂ ਕਰਦੇ ਹਾਂ ਉਸ ਦੌਰਾਨ ਜਿਹੜਾ ਸਾਡੇ ਮਾਨਯੋਗ ਐਸ ਐਸ ਪੀ ਗੁਰਦਾਸਪੁਰ ਸਾਹਿਬ ਨੇ ਡਾਕਟਰ ਨਾਨਕ ਸਿੰਘ ਜੀ ਉਹਨਾਂ ਦੀਆਂ ਹਦਾਇਤਾਂ ਮੁਤਾਬਕ ਆਪਾਂ ਜਿਹੜਾ ਬਾਹਰ ਗਸਤ ਦੌਰਾਨ ਜਿਹੜੇ ਮੈਂ ਜਾ ਰਿਹਾ ਸੀ ਇਹ ਕਿਸੇ ਨੇ ਮੁਖਬਰ ਨੇ ਆ ਕੇ ਸਾਨੂੰ ਇਤਲਾਹ ਕੀਤੀ ਹੈ ਕਿ ਕੋਈ ਇੱਧਰੋਂ ਪਠਾਨਕੋਟ ਦਿਨਨਗਰ ਸਾਈਡ ਤੋਂ ਕੋਈ ਗੱਡੀ ਆ ਰਹੀ ਆ ਜਿਸ ਕਰਕੇ ਸ਼ਰਾਬ ਹੈ। ਮੈਂ ਆਪਣੇ ਮੁਲਾਜ਼ਮ ਸਾਥੀਆਂ ਨੂੰ ਲੈ ਕੇ ਅਤੇ ਬਾਬੂਵਾਲ ਕੁੜੀ ਦਾ ਨਾਕਾ ਲਾਇਆ ਉਸ ਟਾਈਮ 'ਤੇ ਅੱਧੇ ਘੰਟੇ ਬਾਅਦ ਕੋਈ ਗੱਡੀ ਉੱਧਰੋਂ ਆਈ ਆ ਉਸ ਟਾਈਮ 'ਤੇ ਮੈਂ ਗੱਡੀ ਨੂੰ ਹੱਥ ਦੇ ਕੇ ਰੋਕਣ ਦੀ ਕੋਸ਼ਿਸ਼ ਕੀਤੀ ਆ ਅਤੇ ਉਹਨਾਂ ਨੇ ਭਜਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਨਾਲ ਆਪਾਂ ਬੜੀ ਮਸਤੈਗੀ ਦੇ ਨਾਲ ਉਹਨਾਂ ਨੂੰ ਜਿਹੜਾ ਅਸੀਂ ਕਾਬੂ ਕੀਤਾ ਵਾ ਕਾਬੂ ਕਰਕੇ ਉਹਨਾਂ ਨੂੰ ਜਿਹੜਾ ਅਸੀਂ ਗੱਡੀ ਚੈੱਕ ਕੀਤੀ ਤਾਂ ਉਹਦੇ ਵਿੱਚੋਂ ਜਿਹੜੀ ਸ਼ਰਾਬ ਪਾਈ ਗਈ ਆ। ਕਿੰਨੇ ਜਣੇ ਸੀ ਇਹ 'ਚ ਗੱਡੀ 'ਚ? ਉਹਦੇ ਵਿੱਚ 3 ਬੰਦੇ ਸੀ ਜੀ ਅਤੇ ਜਿਹੜੀ ਸ਼ਰਾਬ ਆ ਉਹ ਟੋਟਲ ਜਿਹੜੀ ਗਿਣਤੀ ਕੀਤੀ 300 ਬੋਤਲ ਹੋਈ ਹੈ। ਸਰ ਕਿੱਥੋਂ ਇਹਨਾਂ ਨੇ ਅੱਗੇ ਵੇਚਣੀ ਸੀ ਜਾਂ ਕੀ ਕਰਨਾ ਸੀ? ਅੱਗੇ ਕਿਤੇ ਸਪਲਾਈ ਕਰਨ ਜਾ ਰਹੇ ਸੀ, ਅੱਗੇ ਕਿਤੇ ਸਪਲਾਈ ਕਰਨੀ ਸੀ, ਬਾਕੀ ਜਿਹੜੀ 3300 ਜਾਰੀ ਆ ਜੋ ਵੀ 3300 ਆਏਗਾ ਆਪ ਜੀ ਨੂੰ ਦੱਸਿਆ ਜਾਏਗਾ। ਇੱਕ ਕਾਹਦੇ ਵਿੱਚ ਲਿਆ ਰਹੇ ਸ਼ਰਾਬ? ਇਹ ਗੱਡੀ ਦੇ ਵਿੱਚ ਜੀ, ਇੱਕ ਜਿਹੜਾ ਅਸੀਂ ਮਾਲਕ ਜਿਹੜਾ ਗੱਡੀ ਚਲਾ ਰਿਹਾ ਸੀ ਕੁਛ ਸ਼ਰਾਬ ਦੀ ਡਿੱਗੀ ਦੇ ਵਿੱਚ ਹੀ ਕੁਛ ਜਿਹੜੀ ਆ ਗੱਡੀ ਦੀ ਪਿਛਲੀ ਸੀਟ 'ਤੇ ਪਈ। ਕੀ ਨਾਮ ਸੀ ਇਹਨਾਂ ਦਾ? ਇਹਨਾਂ ਦਾ ਹੈਗਾ ਜੀ ਮੰਗਾ ਮਸੀ, ਸਾਨੂੰ ਤਾਜ ਮਸੀ, ਵਾਸੀ ਸ਼ਾਮਪੁਰ, ਥਾਣਾ ਕਿਲ੍ਹਾ ਲਾਲ ਸਿੰਘ, ਜ਼ਿਲ੍ਹਾ ਬਟਾਲਾ, ਪੁਲਿਸ ਜ਼ਿਲ੍ਹਾ ਬਟਾਲਾ। ਕੀ ਪਰਦਾ ਦਰਜ ਕੀਤਾ ਗਿਆ? ਇਹਨਾਂ 'ਚ 6114 ਲਾਈ ਐਕਸਾਈਜ਼ ਦਾ ਐਕਟ ਲਾਇਆ ਵਾ ਅਤੇ ਨਾਲ ਜਿਹੜੀ ਆ ਗੱਡੀ ਜਿਹੜੀ ਆ ਬੰਦ ਕੀਤੀ ਗਈ ਆ ਅਤੇ ਨਾਲ ਇੱਕ ਗੁਰਪ੍ਰੀਤ ਸਿੰਘ ਔਰ ਪਛੇਰਾ ਸਨ ਆਫ ਮੰਗਲ ਸਿੰਘ ਵਾਸੀ ਸੰਗਰਾਵਾ ਥਾਣਾ ਰੰਗੜ ਨਿੰਗਲ ਪੁਲਿਸ ਜ਼ਿਲ੍ਹਾ ਬਟਾਲਾ, ਜੋਗਿੰਦਰ ਮਸੀਹ ਸਨ ਆਫ ਬਰਕਤ ਮਸੀਹ ਵਾਸੀ ਭੁੱਕਰਾ ਥਾਣਾ ਸਦਰ, ਇਹਨਾਂ 'ਤੇ ਜਿਹੜਾ ਪਰਚਾ ਦਰਜ ਹੋਇਆ ਵਾ। ਬਾਕੀ ਜਿਹੜੀ ਆ ਰਿਮਾਂਡ ਲੈ ਕੇ ਇਹਨਾਂ ਦੀ ਜਿਹੜੀ ਆ ਤਫਤੀਸ਼ ਜਾਰੀ ਆ, ਜੋ ਤਫਤੀਸ਼ ਆਏਗਾ ਆਪ ਜੀ ਦੱਸਿਆ ਜਾਏਗਾ।